ਇੱਕ ਬੇਹੱਦ ਰੂਹ ਕੰਬਾਊ ਹਾਦਸੇ ਦੀ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਬੱਚੀਆਂ ਮਾਸੂਮ ਸੜਕ ਨੂੰ ਪਾਰ ਕਰਦੀਆਂ ਨਜ਼ਰ ਆ ਰਹੀਆਂ ਨੇ, ਪਰ ਇੰਨੇ ਦੇ ਵਿੱਚ ਇੱਕ ਸਕੂਲ ਦੀ ਬੱਸ ਆਉਂਦੀ ਹੈ ਤੇ ਦੋਵਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਹੈ। ਕਿਹਾ ਜਾ ਰਿਹਾ ਕਿ ਦੋਵਾਂ ਦੇ ਉੱਪਰੋਂ ਦੀ ਬੱਸ ਦਾ ਅਗਲਾ ਟਾਇਰ ਨਿਕਲ ਗਿਆ, ਜਿਸ ਨੇ ਕਿ ਦੋਵਾਂ ਬੱਚਿਆਂ ਨੂੰ ਕੁਚਲ ਕੇ ਰੱਖ ਦਿੱਤਾ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਬੇਹੱਦ ਰੂਹ ਕੰਬਾਊ ਤਸਵੀਰਾਂ ਹਾਦਸੇ ਦੀਆਂ ਸਾਹਮਣੇ ਆਈਆਂ ਨੇ। ਸਾਰਾ ਹਾਦਸਾ ਸੀਸੀਟੀਵੀ ਦੇ ਵਿੱਚ ਕੈਦ ਹੋਇਆ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਦੋ ਮਾਸੂਮ ਬੱਚੀਆਂ ਸੜਕ ਨੂੰ ਪਾਰ ਕਰਦੀਆਂ ਨਜ਼ਰ ਆ ਰਹੀਆਂ ਨੇ, ਪਰ ਇੰਨੇ ਨੂੰ ਇੱਕ ਮੋੜ ਤੋਂ ਪੀਲੇ ਰੰਗ ਦੀ ਸਕੂਲ ਦੀ ਬੱਸ ਜ਼ਰੂਰ ਮੁੜਦੀ ਦਿਖਾਈ ਦੇ ਰਹੀ ਹੋਵੇਗੀ। ਪਰ ਜਿਵੇਂ ਹੀ ਇਹ ਮੁੜਦੀ ਹੈ ਤਾਂ ਅਚਾਨਕ ਹੀ ਇਸਦੀ ਸਪੀਡ ਕਾਫ਼ੀ ਜ਼ਿਆਦਾ ਵੱਧ ਜਾਂਦੀ ਹੈ, ਜਿਸ ਤੋਂ ਬਾਅਦ ਇਹ ਦੋਵਾਂ ਬੱਚੀਆਂ ਨੂੰ ਟੱਕਰ ਮਾਰਦੀ ਹੋਈ ਕੁਚਲ ਕੇ ਰੱਖ ਦਿੰਦੀ ਹੈ। ਹਾਲਾਂਕਿ ਜਿਵੇਂ ਹੀ ਇਸਦਾ ਚਾਲਕ ਨੂੰ ਪਤਾ ਲੱਗਦਾ ਤਾਂ ਚਾਲਕ ਮੌਕੇ 'ਤੇ ਗੱਡੀ ਰੋਕਦਾ। ਹਾਲਾਂਕਿ ਆਲੇ ਦੁਆਲੇ ਕੁਝ ਲੋਕ ਖੜ੍ਹੇ ਹੁੰਦੇ ਨੇ। ਤੁਰੰਤ ਗੱਡੀ ਦੇ ਨੀਚੋਂ ਦੀ ਦੋਵਾਂ ਬੱਚੀਆਂ ਨੂੰ ਕੱਢਿਆ ਜਾਂਦਾ, ਪਰ ਕਿਹਾ ਜਾ ਰਿਹਾ ਕਿ ਜੋ ਛੋਟੀ ਬੱਚੀ ਹੈ ਉਹ ਕਾਫ਼ੀ ਜ਼ਿਆਦਾ ਸੀਰੀਅਸ ਹੈ, ਉਸਦੀ ਹਾਲਤ ਕਾਫ਼ੀ ਜ਼ਿਆਦਾ ਨਾਜ਼ੁਕ ਹੈ, ਜੋ ਕਿ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਹਸਪਤਾਲ 'ਚ ਜੰਗ ਲੜ ਰਹੀ ਹੈ। ਤਾਂ ਦੱਸ ਦਈਏ ਕਿ ਇਸੀ ਵਿਚਕਾਰ ਜੋ ਵੱਡੀ ਬੱਚੀ ਹੈ ਉਸਨੂੰ ਜਦੋਂ ਕੱਢਿਆ ਗਿਆ ਤਾਂ ਉਸਨੂੰ ਕਾਫ਼ੀ ਹੱਦ ਤੱਕ ਹੋਸ਼ ਸੀ, ਉਸਦਾ ਇਲਾਜ ਜੋ ਹੈ ਉਸੀ ਹਸਪਤਾਲ ਦੇ ਵਿੱਚ ਚੱਲ ਰਿਹਾ। ਤਾਂ ਦੱਸ ਦਈਏ ਕਿ ਦਰਦਨਾਕ ਹਾਦਸੇ ਦੀ ਤਸਵੀਰ ਮੁੰਬਈ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਸਕੂਲ ਦੀ ਬੱਸ ਨੇ ਦੋ ਮਾਸੂਮ ਬੱਚਿਆਂ ਨੂੰ ਕੁਚਲ ਕੇ ਰੱਖ ਦਿੱਤਾ। ਤਾਂ ਦੱਸ ਦਈਏ ਕਿ ਹਾਦਸਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਇਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਬੇਹੱਦ ਰੂਹ ਕੰਬਾਊ ਹਾਦਸੇ ਦੀ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਬੱਚੀਆਂ ਮਾਸੂਮ ਸੜਕ ਨੂੰ ਪਾਰ ਕਰਦੀਆਂ ਨਜ਼ਰ ਆ ਰਹੀਆਂ ਨੇ, ਪਰ ਇੰਨੇ ਦੇ ਵਿੱਚ ਇੱਕ ਸਕੂਲ ਦੀ ਬੱਸ ਆਉਂਦੀ ਹੈ ਤੇ ਦੋਵਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਹੈ। ਕਿਹਾ ਜਾ ਰਿਹਾ ਕਿ ਦੋਵਾਂ ਦੇ ਉੱਪਰੋਂ ਦੀ ਬੱਸ ਦਾ ਅਗਲਾ ਟਾਇਰ ਨਿਕਲ ਗਿਆ, ਜਿਸ ਨੇ ਕਿ ਦੋਵਾਂ ਬੱਚਿਆਂ ਨੂੰ ਕੁਚਲ ਕੇ ਰੱਖ ਦਿੱਤਾ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਬੇਹੱਦ ਰੂਹ ਕੰਬਾਊ ਤਸਵੀਰਾਂ ਹਾਦਸੇ ਦੀਆਂ ਸਾਹਮਣੇ ਆਈਆਂ ਨੇ। ਸਾਰਾ ਹਾਦਸਾ ਸੀਸੀਟੀਵੀ ਦੇ ਵਿੱਚ ਕੈਦ ਹੋਇਆ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਦੋ ਮਾਸੂਮ ਬੱਚੀਆਂ ਸੜਕ ਨੂੰ ਪਾਰ ਕਰਦੀਆਂ ਨਜ਼ਰ ਆ ਰਹੀਆਂ ਨੇ, ਪਰ ਇੰਨੇ ਨੂੰ ਇੱਕ ਮੋੜ ਤੋਂ ਪੀਲੇ ਰੰਗ ਦੀ ਸਕੂਲ ਦੀ ਬੱਸ ਜ਼ਰੂਰ ਮੁੜਦੀ ਦਿਖਾਈ ਦੇ ਰਹੀ ਹੋਵੇਗੀ। ਪਰ ਜਿਵੇਂ ਹੀ ਇਹ ਮੁੜਦੀ ਹੈ ਤਾਂ ਅਚਾਨਕ ਹੀ ਇਸਦੀ ਸਪੀਡ ਕਾਫ਼ੀ ਜ਼ਿਆਦਾ ਵੱਧ ਜਾਂਦੀ ਹੈ, ਜਿਸ ਤੋਂ ਬਾਅਦ ਇਹ ਦੋਵਾਂ ਬੱਚੀਆਂ ਨੂੰ ਟੱਕਰ ਮਾਰਦੀ ਹੋਈ ਕੁਚਲ ਕੇ ਰੱਖ ਦਿੰਦੀ ਹੈ। ਹਾਲਾਂਕਿ ਜਿਵੇਂ ਹੀ ਇਸਦਾ ਚਾਲਕ ਨੂੰ ਪਤਾ ਲੱਗਦਾ ਤਾਂ ਚਾਲਕ ਮੌਕੇ 'ਤੇ ਗੱਡੀ ਰੋਕਦਾ। ਹਾਲਾਂਕਿ ਆਲੇ ਦੁਆਲੇ ਕੁਝ ਲੋਕ ਖੜ੍ਹੇ ਹੁੰਦੇ ਨੇ। ਤੁਰੰਤ ਗੱਡੀ ਦੇ ਨੀਚੋਂ ਦੀ ਦੋਵਾਂ ਬੱਚੀਆਂ ਨੂੰ ਕੱਢਿਆ ਜਾਂਦਾ, ਪਰ ਕਿਹਾ ਜਾ ਰਿਹਾ ਕਿ ਜੋ ਛੋਟੀ ਬੱਚੀ ਹੈ ਉਹ ਕਾਫ਼ੀ ਜ਼ਿਆਦਾ ਸੀਰੀਅਸ ਹੈ, ਉਸਦੀ ਹਾਲਤ ਕਾਫ਼ੀ ਜ਼ਿਆਦਾ ਨਾਜ਼ੁਕ ਹੈ, ਜੋ ਕਿ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਹਸਪਤਾਲ 'ਚ ਜੰਗ ਲੜ ਰਹੀ ਹੈ। ਤਾਂ ਦੱਸ ਦਈਏ ਕਿ ਇਸੀ ਵਿਚਕਾਰ ਜੋ ਵੱਡੀ ਬੱਚੀ ਹੈ ਉਸਨੂੰ ਜਦੋਂ ਕੱਢਿਆ ਗਿਆ ਤਾਂ ਉਸਨੂੰ ਕਾਫ਼ੀ ਹੱਦ ਤੱਕ ਹੋਸ਼ ਸੀ, ਉਸਦਾ ਇਲਾਜ ਜੋ ਹੈ ਉਸੀ ਹਸਪਤਾਲ ਦੇ ਵਿੱਚ ਚੱਲ ਰਿਹਾ। ਤਾਂ ਦੱਸ ਦਈਏ ਕਿ ਦਰਦਨਾਕ ਹਾਦਸੇ ਦੀ ਤਸਵੀਰ ਮੁੰਬਈ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਸਕੂਲ ਦੀ ਬੱਸ ਨੇ ਦੋ ਮਾਸੂਮ ਬੱਚਿਆਂ ਨੂੰ ਕੁਚਲ ਕੇ ਰੱਖ ਦਿੱਤਾ। ਤਾਂ ਦੱਸ ਦਈਏ ਕਿ ਹਾਦਸਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਇਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।